ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਅਸੀਂ ਪੰਜਾਬ ਅਤੇ ਰਾਸ਼ਟਰ ਪੱਧਰ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਅਤੇ ਸਾਡੇ ਨਾਲ ਜਿਹੜੇ ਜੀ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਅਤੇ ਆਪਣੀ ਉਹ ਕੈਨੇਡਾ ਦੇ ਦੌਰੇ ਤੋਂ ਵਾਪਸ ਆ ਚੁੱਕੇ ਨੇ, ਪਟਿਆਲਾ ਸਟੂਡੀਓਜ਼ 'ਚ ਆ ਗਏ ਨੇ। ਅਤੇ ਜੀ ਆਇਆਂ ਨੂੰ ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ, ਗੈਰ ਹਾਜ਼ਰੀ ਦੀ ਮੁਆਫੀ ਜੀ, ਤੋ ਕੁਛ ਦਿਨਾਂ ਦੇ ਵਾਸਤੇ ਮੈਂ ਗਿਆ ਸੀ ਜੀ, ਦੁਬਾਰਾ ਫਿਰ ਹਾਜ਼ਰ ਨੇ ਜੀ। ਅਤੇ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਆਪਾਂ ਸ਼ੁਰੂ ਕਰਦੇ ਹਾਂ। ਜਿਹੜੇ ਸਭ ਤੋਂ ਪਹਿਲੀ ਗੱਲ ਦੇ ਨਾਲ, ਨਵੀਂ ਸਰਕਾਰ ਆਈ, ਅੱਛੇ ਦਿਨ ਆਉਣੇ ਵਾਲੇ ਹੈ, ਇਸ ਦੇ ਨਾਅਰੇ ਲਗਾਤਾਰ ਆਪਾਂ ਕਈ ਮਹੀਨੇ ਸੁਣਦੇ ਰਹੇ ਜਿਹੜੀਆਂ ਉੱਥੇ ਦੀਆਂ ਭਾਰਤ ਦੀਆਂ ਅਖਬਾਰਾਂ 'ਚ, ਉੱਥੇ ਦੇ ਟੀਵੀਆਂ 'ਚ, ਅਤੇ ਮਹਿੰਗਾਈ ਨੂੰ ਲੈ ਕੇ ਚੰਗੇ ਰਗੜੇ ਕਹਿੰਦੇ ਆ ਜੀ ਲੱਗ ਰਹੇ ਇਸ ਟਾਈਮ ਮੌਜੂਦਾ ਸਰਕਾਰ 'ਤੇ, ਕੀ ਚੱਲ ਰਿਹਾ ਜੀ ਇਹ ਪੂਰੇ ਮਹਿੰਗਾਈ ਦੇ ਮਾਮਲੇ ਨੂੰ ਲੈ ਕੇ? ਜੀ, ਜਿਹੜੀ ਸਰਕਾਰ ਆ ਉਹਨੂੰ ਕਾਫੀ ਘੇਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਹੈ ਕਿ ਅੱਛੇ ਦਿਨ ਕਿੱਧਰ ਨੂੰ ਚਲੇ ਗਏ। ਮਹਿੰਗਾਈ ਦੇ ਬਾਰੇ ਦੇ ਵਿੱਚ ਜਿਹੜੀ ਬਹਿਸ ਹੋਈ ਇਹਦੇ ਵਿੱਚ ਜਿਹੜੀਆਂ ਵੱਧ ਰਹੀਆਂ ਕੀਮਤਾਂ ਨੇ ਉਹਨੂੰ, ਔਰ ਜਿਹੜੇ ਬਲੈਕਮੇਲਿੰਗ ਹੈ, ਜਿਹੜੇ ਐਕਚੁਲੀ ਸਮਗਲਰ ਨੇ, ਸਮਗਲਰ ਕਹਿ ਲਓ, ਜਿਹੜੇ ਮਾਫ ਕਰਨਾ ਜਿਹੜੀਆਂ ਵਸਤਾਂ ਨੇ ਉਹਨਾਂ ਨੂੰ ਜਿਹੜਾ ਸਟੋਰ ਦੇ ਵਿੱਚ ਰੱਖ ਕੇ ਜਿਹੜੀ ਕੀਮਤਾਂ ਵਧਾਉਂਦੇ ਨੇ ਜੀ ਜੀ, ਉਹਨਾਂ ਨੂੰ ਲੈ ਕੇ ਤਕੜੇ ਜਿਹੜੇ ਜੀ ਉਹ ਟਿੱਪਣੀਆਂ ਹੋਈਆਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਇਹਦੇ ਵਿੱਚ ਕਾਫੀ ਜਿਹੜਾ ਜੀ ਜ਼ੋਰਦਾਰ ਤਰੀਕੇ ਦੇ ਨਾਲ ਇਹ ਮੁੱਦਾ ਜਿਹੜਾ ਸੀਗਾ ਉਹ ਉਠਾਇਆ। ਉਹਨਾਂ ਨੇ ਗੰਢੇ ਦੀਆਂ ਜਿਹੜੀਆਂ ਕੀਮਤਾਂ ਸੀ ਉਹ ਅਸਮਾਨੀ ਜਿਹੜੀਆਂ ਚੜੀਆਂ, ਉਹਦੇ ਉੱਤੇ ਫੌਰੀ ਰੋਕ ਲਾਉਣ ਦੀ ਗੱਲ ਕੀਤੀ। ਹਾਲਾਂਕਿ ਅਨੁਰਾਗ ਠਾਕੁਰ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਦਾ, ਉਹਨੇ ਸਿੱਧੇ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਹਮਲਾ ਬੋਲਿਆ ਕਿ ਦੇਖੋ ਮਹਾਰਾਜੇ ਦਾਲ ਰੋਟੀ ਦੀ ਗੱਲ ਕਰ ਰਹੇ ਨੇ, ਇਹਨੂੰ ਜਿਹੜਾ ਜੀ ਬੁਰਾ ਮਨਾਇਆ। ਬਾਅਦ ਚ ਕਾਂਗਰਸ ਨੇ ਕਿ ਇਹ ਪਰਸਨਲ ਹਮਲਾ ਜਿਹੜਾ ਜੀ ਉਹ ਨਹੀਂ ਕੀਤਾ ਜਾਣਾ ਚਾਹੀਦਾ। ਇਸ ਸਭ ਕਾਸੇ ਦੇ ਵਿੱਚ ਜਿਹੜੀ ਬਹਿਸ ਬਸਈਆ ਸੀਗਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਦਾ ਚਰਚਾ ਰਿਹਾ ਉਹ ਇਹ ਕਿ ਰਾਹੁਲ ਗਾਂਧੀ ਹੋਰੀ ਡੈਸਕ ਦੇ ਉੱਤੇ ਫੌਂਕਾ ਲਾਉਂਦੇ ਹੋਏ ਜਿਹੜੇ ਉਹ ਵੇਖੇ ਗਏ ਜੀ, ਭਾਵ ਕਿ ਉਹ ਆਰਾਮ ਦੇ ਨਾਲ ਆਪਣੀ ਝਪਕੀ ਲੈ ਰਹੇ ਸੀ। ਲੋਕਾਂ ਨੇ ਬਾਖਵਾਲ ਟਿੱਪਣੀਆਂ ਜਿਹੜੀਆਂ ਜੀ ਉਹ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਕੱਲ ਦੀਆਂ ਕੀਤੀਆਂ ਨੇ ਕਿ ਇਹ ਕਾਂਗਰਸ ਦਾ ਜਿਹੜਾ ਪੱਪੂ ਉਹ ਅੱਜ ਨਹੀਂ ਸੁੱਤਾ ਹੈ ਤਾਂ ਕਈ ਸਾਲਾਂ ਤੋਂ ਸੁੱਤਾ ਹੈ ਜੀ 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 ਜੀ। ਤੇ ਓਵਰਆਲ ਜਿਹੜੀ ਪਾਰਲੀਮੈਂਟ ਦੀਆਂ ਜਿਹੜੀਆਂ ਗਤੀਵਿਧੀਆਂ ਉਸ ਦੇ ਵਿੱਚ ਜਿਹੜਾ ਹੋਰ ਕਿਹੜੀ ਚੀਜ਼ ਭਾਰੀ ਰਹੀ? ਇੱਕ ਤਾਂ ਜਿਹੜੇ ਅਰੁਣ ਜੇਤਲੀ ਨੇ ਜੀ ਉਹਨਾਂ ਨੇ ਜਿਹੜੀ ਭਾਰਤ ਦੀ ਆਰਥਿਕਤਾ ਹੈ 14-15 ਦੇ ਦੌਰਾਨ ਉਹਨਾਂ ਨੇ ਕਿਹਾ ਕਿ 5.4 ਤੋਂ ਲੈ ਕੇ 5.9 ਫੀਸਦੀ ਤੱਕ ਹੀ ਵੱਧ ਸਕੂਗੀ ਜੀ। ਦਮਗੜੇ ਤਾਂ ਪਹਿਲਾਂ ਬਹੁਤ ਵੱਡੇ ਮਾਰੇ ਗਏ ਸਨ, ਹੁਣ ਇਹਦਾ ਦੋਸ਼ ਜਿਹੜਾ ਜੀ ਉਹ ਮੌਨਸੂਨ ਦੇ ਉੱਤੇ ਦਿੱਤਾ ਜਾ ਰਿਹਾ ਕਿ ਇਸ ਵਾਰੀ ਮੌਨਸੂਨ ਜਿਹੜੀ ਆ ਉਹ ਭਰਵੀਂ ਨਹੀਂ ਰਹਿਣੀ ਤੇ ਜਿਹਦੀ ਵਜ੍ਹਾ ਕਰਕੇ ਜਿਹੜੇ ਹਾਲਾਤ ਨੇ ਉਹ ਕੋਈ ਬਹੁਤੇ ਚੰਗੇ ਜਿਹੜੇ ਉਹ ਨਹੀਂ ਰਹਿਣਗੇ। ਇਹ ਵੀ ਅੱਜ ਕਿਉਂਕਿ ਕੇਂਦਰੀ ਬਜਟ ਪੇਸ਼ ਹੋਣਾ, ਅੱਜ ਦਾ ਦਿਨ ਬੜਾ ਅਹਿਮ ਰਹੂਗਾ ਕਿ ਇਹਦੇ ਵਿੱਚ ਕੋਈ ਅੱਛੇ ਦਿਨ ਜਿਹੜੇ ਉਹ ਆਉਂਦੇ ਨੇ ਜਾਂ ਨਹੀਂ। ਪਰ ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਵਿੱਚ ਜਿਹੜੇ ਕੁਛ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਇੱਕ ਤਾਂ ਜਿਹੜੀ ਟੈਕਸ ਛੋਟ ਆ ਉਹਦੇ ਥੋੜੀ ਜਿਹੀ ਦਿੱਤੀ ਜਾ ਸਕਦੀ ਹੈ, ਸਬਸਿਡੀ ਸੁਧਾਰ ਤੇ ਕਰਨ ਦੇ ਵਿੱਚ GDP ਦੀ ਅਨੁਪਾਤ ਦੇ ਨਾਲ ਵਾਧੇ ਦੀ ਲੋੜ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਜੇਤਲੀ ਸਾਹਿਬ ਨੇ ਦਿੱਤਾ ਹੈ। ਸੋ ਸਾਰੀਆਂ ਨਿਗਾਹਾਂ ਜਿਹੜੀਆਂ ਉਹ ਅੱਜ ਦੇ ਉੱਤੇ ਲੱਗੀਆਂ ਰਹਿਣਗੀਆਂ ਜੀ, ਇਸ ਮਾਮਲੇ 'ਤੇ ਕਿ ਜਿਹੜਾ ਆਮ ਬਜਟ ਹੈ ਉਹ ਆਮ ਲੋਕਾਂ ਦੇ ਵਾਸਤੇ ਕੁਛ ਲੈ ਕੇ ਆਉਂਦਾ ਅੱਛੇ ਦਿਨ ਜਾਂ ਨਹੀਂ। ਜੀ ਜੀ ਜੀ, ਹੁਣ ਤਾਂ ਕਾਫੀ ਲੋਕਾਂ ਨੂੰ ਚਿੰਤਾ ਹੀ ਨਜ਼ਰ ਆ ਰਹੀ ਹੈ ਵੀ ਪਿਛਲੇ ਕੁਛ ਦਿਨਾਂ ਦੇ ਵਿੱਚ ਤਾਂ ਵਾਧਾ ਹੀ ਹੋਇਆ ਹੈ ਹਰ ਇੱਕ ਪਾਸੇ, ਤਾਂ ਆਮ ਬਜਟ ਦੇ ਵਿੱਚ ਕੀ ਬਣਦਾ ਹੈ ਉਸ ਦੇ ਉੱਤੇ ਵੀ ਜ਼ਰੂਰ ਕੱਲ੍ਹ ਨੂੰ ਵਿਸਥਾਰ ਦੇ ਨਾਲ ਜਿਹੜੀ ਇਹ ਗੱਲਬਾਤ ਕਰਾਂਗੇ। ਅਗਲੀ ਆਪਾਂ ਗੱਲ ਕਰਦੇ ਹਾਂ ਰੋਮੀ ਉੱਪਲ ਦੇ ਬਾਰੇ, ਉਸ ਦੇ ਬਾਰੇ ਜਿਹੜੀ ਖਬਰ ਮਿਲ ਰਹੀ ਹੈ ਵੀ ਉਹ ਭੱਜ ਗਿਆ। ਇਹ ਬੜੀ ਅਜੀਬੋ ਗਰੀਬ ਜੀ ਗੱਲ ਜਿਹੜੀ ਹੈ ਨਾ ਜੀ ਉਹ ਹੋਈ ਹੈ। ਰੋਮੀ ਉੱਪਲ ਪੰਜਾਬ ਪੁਲਿਸ ਦੇ ਵਿੱਚ SP ਜਿਹੜੇ ਉੱਪਲ ਸਾਹਿਬ ਸਨ ਉਹਨਾਂ ਦੀ ਡੈਥ ਹੋ ਗਈ ਥੋੜਾ ਸਮਾਂ ਪਹਿਲਾਂ। ਉਹਦਾ ਮੁੰਡਾ ਵਿਗੜਿਆ ਹੋਇਆ ਮੁੰਡਾ ਜੀ, ਜਿਹਨਾਂ ਨੇ ਯਾਨਿਕ ਦੇ ਉੱਤੇ ਹਮਲਾ ਕੀਤਾ ਸੀਗਾ, ਜਿਹੜਾ ਇੱਥੇ ਲਵਲੀ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਸੀਗਾ। ਯਾਨਿਕ ਜਿਹੜਾ ਕਿ ਇੱਥੇ ਪਿਆਰਿਆ ਜੀ ਪਟਿਆਲੇ ਦੇ ਵਿੱਚ ਕਈ ਮਹੀਨੇ ਪਿਛਲੇ ਦਿਨੀ ਉਹਦਾ ਪਿਤਾ ਜਿਹੜਾ ਸੀਗਾ ਉਹਨੂੰ ਬੜੂੰਡੀ ਦੇ ਵਿੱਚ ਲੈ ਗਿਆ ਸੀਗਾ ਜੀ, ਔਰ ਬੜੂੰਡੀ ਦੇ ਵਿੱਚ ਜਾ ਕੇ ਉਹਦੀ ਮੌਤ ਜਿਹੜੀ ਸੀ ਉਹ ਹੋ ਗਈ ਸੀਗੀ। ਇਹ ਮਾਮਲਾ ਜਦੋਂ ਕਿ ਪਹਿਲਾਂ ਇਰਾਦਾ ਕਤਲ ਦਾ ਸੀਗਾ ਹੁਣ ਕਤਲ ਵਾਲਾ ਬਣਨਾ ਸੀਗਾ, ਤਾਂ ਰੋਮੀ ਉੱਪਲ ਜਿਹੜਾ ਸੀਗਾ ਉਹ ਆਪਣੀ ਭੈਣ ਦੇ ਵਿਆਹ ਵਾਲੇ ਮਾਮਲੇ ਦੇ ਵਿੱਚ ਉਹਦੇ ਉਸ ਸਿਲਸਿਲੇ ਛੁੱਟੀ ਦੇ ਉੱਤੇ ਆਇਆ ਸੀਗਾ। ਇਹ ਕਿਹਾ ਜਾ ਰਿਹਾ ਹੈ ਕਿ ਉਹ ਇੱਥੋਂ ਭੱਜ ਗਿਆ, ਸਾਰਾ ਕੁਛ ਵੇਚ ਵੱਟ ਵੀ ਗਿਆ ਜੀ। ਉਹਨੇ ਕੁਛ ਦਿਨਾਂ ਦੇ ਵਿੱਚ ਹੀ ਕਿਵੇਂ ਵੇਚ ਵੱਟ ਲਿਆ ਸਾਰਾ ਕੁਛ? ਇੱਕ ਤਾਂ ਇਹ ਗੱਲ
ਕਿ ਉਹਦੀ ਮਦਦ ਜਿਹੜੀ ਆ ਨਾ ਜੀ ਉਹ ਪ੍ਰਸ਼ਾਸਨ ਨੇ ਕੀਤੀ ਆ, ਕਿਉਂਕਿ ਉਹਦਾ ਫਾਦਰ ਪੁਲਿਸ ਦੇ ਵਿੱਚ ਸੀਗਾ, ਕਿਤੇ ਨਾ ਕਿਤੇ ਇਹ ਮਾਮਲਾ ਵੀ ਜਿਹੜਾ ਜੀ ਗੰਭੀਰ ਆ ਇਸ ਪੱਖੋਂ ਕਿ ਉਹਦੀ ਮਦਦ ਕਿਹਨੇ ਕੀਤੀ ਆ। ਦੂਜਾ ਜਿਹੜਾ ਮਾਮਲਾ ਇਹ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਇੱਕ ਪੰਜਾਬੀ ਗਾਇਕ ਜਿਹੜਾ ਜੀ ਗੈਰੀ ਸੰਧੂ ਆ ਉਹ ਪੁਲਿਸ ਦੀ ਨਿਗਾਹ ਦੇ ਵਿੱਚ ਦੱਸਿਆ ਜਾ ਰਿਹਾ ਜਿਹਨੇ ਕਿ ਇਹਨੂੰ ਭਜਾਉਣ ਦੇ ਵਿੱਚ ਮਦਦ ਕੀਤੀ ਹੋ ਸਕਦੀ ਆ। ਪੁਲਿਸ ਕਹਿੰਦੀ ਆ ਕਿ ਨਕਲੀ ਪਾਸਪੋਰਟ ਦੇ ਉੱਤੇ ਰੋਮੀ ਉੱਪਲ ਜਿਹੜਾ ਜੀ ਉਹ ਇੱਥੋਂ ਚਲੇ ਗਿਆ ਆਪਣੀ ਪ੍ਰੋਪਰਟੀ ਜਿਹੜੀ ਆ ਜੀ ਉਹ ਲੈ ਕੇ, ਉਹ ਕਿਹੜੇ ਮੁਲਕ ਦੇ ਵਿੱਚ ਗਿਆ ਅਜੇ ਕੁਛ ਪਤਾ ਨਹੀਂ ਲੱਗ ਰਿਹਾ, ਪਰ ਜਿਹੜੇ ਬੰਦੇ ਦੇ ਉੱਤੇ ਏਡਾ ਗੰਭੀਰ ਮਾਮਲਾ ਦਰਜ ਹੋਵੇ ਛੁੱਟੀ ਦੇ ਕੇ ਉਹਨੂੰ ਬਿਲਕੁਲ ਹੀ ਛੁੱਟੀ ਕਿਵੇਂ ਦੇ ਦਿੱਤੀ ਗਈ, ਉਹਦੇ ਉੱਤੇ ਨਿਗਾਹ ਜਿਹੜੀ ਸੀ ਉਹ ਪੁਲਿਸ ਨੇ ਕਿਉਂ ਨਹੀਂ ਰੱਖੀ, ਇਹ ਕਈ ਸਵਾਲ ਜਿਹੜੇ ਨੇ ਉਹ ਇਸ ਵੇਲੇ ਜਵਾਬ ਮੰਗਦੇ ਨੇ। ਪਰ ਕਿਤੇ ਨਾ ਕਿਤੇ ਇਹ ਗੱਲ ਪੱਕੀ ਹੈ ਜੀ ਕਿ ਦਿਨਾਂ ਦੇ ਵਿੱਚ ਪਾਸਪੋਰਟ ਬਣ ਜਾਣਾ, ਦਿਨਾਂ ਦੇ ਵਿੱਚ ਪ੍ਰੋਪਰਟੀ ਉਹ ਵਿਕ ਜਾਣੀ, ਫਿਰ ਉਹਦਾ ਮੁੰਡੇ ਦਾ ਭੱਜ ਜਾਣਾ ਇੱਥੋਂ। ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਜੀ ਕਿ ਪ੍ਰਸ਼ਾਸਨ ਦੀ ਬਿਨਾਂ ਮਦਦ ਤੋਂ ਇੱਦਾਂ ਭੱਜਿਆ ਨਹੀਂ ਜਾ ਸਕਦਾ। ਜੀ 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 ਬਿਲਕੁਲ, ਇਹ ਜ਼ਰੂਰ ਕਿਤੇ ਨਾ ਕਿਤੇ ਇਹਨਾਂ ਦੇ ਉੱਤੇ ਕਿਸੇ ਨਾ ਕਿਸੇ ਦਾ ਹੱਥ ਆ ਉਹ ਹੈਗਾ ਆ। ਅਗਲੀ ਆਪਾਂ ਗੱਲ ਕਰਦੇ ਹਾਂ ਭਾਜਪਾ ਦੀ, ਭਾਜਪਾ ਜੀ ਜਿਹੜੀ ਹਾਈਕਮਾਨ ਆ ਉਹ ਜਿਹੜੇ ਆ ਮੋਦੀ ਦੇ ਕਹਿੰਦੇ ਜੀ ਲਾਡਲੇ ਅਮਿਤ ਸ਼ਾਹ ਆ ਉਹਨਾਂ ਕੋਲ ਹੁਣ ਚਲੀ ਗਈ ਆ, ਅਤੇ ਇਸ ਬੰਦੇ ਦੇ ਉੱਤੇ ਤਾਂ ਚਾਰਜਸ਼ੀਟ ਵੀ ਜਿਹੜੀ ਆ ਦਾਖਲ ਹੈਗੀ ਆ, ਅਤੇ ਇਹ ਜਿਹੜੇ ਸਿਆਸੀ ਪਾਰਟੀਆਂ ਦਾ ਇੱਕ ਜੋ ਮੈਂ ਨਿੱਜੀ ਤੌਰ ਦੇ ਉੱਤੇ ਦੇਖਦਾ ਵੀ ਇੱਕ ਨਵਾਂ ਜਿਹੜਾ ਜੀ ਗਿਰਾਵਟ ਆ ਉਹ ਦੇਖੀ ਗਈ ਆ ਵੀ ਚਾਰਜਸ਼ੀਟ ਵਾਲੇ ਬੰਦੇ ਨੂੰ ਜਿਹੜੇ ਭਾਜਪਾ ਦੀ ਜਿਹੜੀ ਕਮਾਂਡ ਆ ਉਹ ਹੁਣ ਸੌਂਪ ਦਿੱਤੀ ਗਈ ਆ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ, ਜੇ ਇਹਨੂੰ ਹੋਰ ਅੱਗੇ ਵਧਾ ਕੇ ਕਹਿਣਾ ਹੋਵੇ ਤਾਂ ਇਹ ਕਹਿ ਲਓ ਕਿ ਜਿੰਦੇ ਵੱਡੇ ਕੇਸ ਓਡਾ ਵੱਡਾ ਅਹੁਦਾ ਜੀ। ਅਮਿਤ ਸ਼ਾਹ ਜਿਹੜਾ ਜੀ ਉਹ ਬਹੁਤ ਚਰਚਿਤ ਆਗੂ ਰਿਹਾ ਜੀ ਗੁਜਰਾਤ ਦਾ, ਗੁਜਰਾਤ ਦੇ ਵਿੱਚ ਜਿਹੜੀ ਜੀ ਉਹਦੇ ਉੱਤੇ ਬਿਲਕੁਲ ਚਾਰਜਸ਼ੀਟ ਵੀ ਜਿਹੜੀ ਲੱਗੀ ਸੀ ਔਰ ਉਹਨੂੰ ਜੇਲ੍ਹ ਦੇ ਵਿੱਚ ਵੀ ਰਿਹਾ ਜੀ 3 ਮਹੀਨੇ, ਔਰ ਉਹਨੂੰ ਉੱਥੋਂ ਦੇ ਗ੍ਰਹਿ ਮੰਤਰੀ ਤੋਂ ਵੀ ਜਿਹੜੇ ਅਹੁਦੇ ਤੋਂ ਅਸਤੀਫਾ ਜਿਹੜਾ ਸੀਗਾ ਉਹ ਦੇਣਾ ਪਿਆ ਸੀਗਾ ਜੀ। 50 ਸਾਲਾਂ ਦਾ ਅਮਿਤ ਸ਼ਾਹ ਜਿਹੜਾ ਜੀ ਉਹ ਸੱਜਾ ਹੱਥ ਮੰਨਿਆ ਜਾਂਦਾ ਨਰਿੰਦਰ ਮੋਦੀ ਦਾ। ਇਹ ਅਮਿਤ ਸ਼ਾਹ ਨੂੰ ਪ੍ਰਧਾਨ ਬਣਾ ਕੇ ਨਰਿੰਦਰ ਮੋਦੀ ਨੇ ਆਪਣੀ ਪਕੜ ਹੀ ਮਜ਼ਬੂਤ ਨਹੀਂ ਕਰ ਲਈ ਭਾਰਤੀ ਜਨਤਾ ਪਾਰਟੀ ਦੇ ਉੱਤੇ, ਬਲਕਿ ਬਾਕੀ ਜਿੰਨੀ ਲੀਡਰਸ਼ਿਪ ਹੈ ਨਾ ਜੀ ਉਹਨੂੰ ਇੱਕ ਕਿਸਮ ਦੇ ਨਾਲ ਖੁੱਦੇ ਲਾਈਨ ਜਿਹੜਾ ਜੀ ਉਹ ਲਾਤਾ ਜੀ ਜੀ। ਇਹ ਅਪਰਾਧੀ ਪਿਛੋਕੜ ਵਾਲਾ ਜਿਹੜਾ ਮੰਨਿਆ ਜਾਂਦਾ ਜੀ ਅਮਿਤ ਸ਼ਾਹ 2004 ਦੇ ਵਿੱਚ ਇਸ਼ਰਤ ਜਹਾਂ ਮਾਮਲੇ ਤੋਂ ਇਲਾਵਾ ਸੋਹਰਾਬੂਦੀਨ ਤੇ ਤੁਲਸੀ ਰਾਮ ਪ੍ਰਜਾਪਤੀ ਦੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਜਾਣ ਦੇ ਕੇਸਾਂ ਦੇ ਸੰਬੰਧ ਦੇ ਵਿੱਚ ਇਹਦਾ ਨਾਮ ਜਿਹੜਾ ਜੀ ਉਹ ਜੁੜਿਆ ਰਿਹਾ। ਗੋਧਰਾ ਦੰਗਿਆਂ ਦੇ ਵਿੱਚ ਨਰਿੰਦਰ ਮੋਦੀ ਦੇ ਨਾਲ ਅਮਿਤ ਸ਼ਾਹ ਦਾ ਨਾਮ ਬੋਲਦਾ ਰਿਹਾ ਜੀ। ਗੁਜਰਾਤ ਦੇ ਕੁਝ ਜਿਹੜੇ ਭਾਜਪਾ ਨੇਤਾ ਨੇ ਉਹਨਾਂ ਨੇ ਅਮਿਤ ਸ਼ਾਹ ਤੋਂ ਜਿਹੜੀ ਦੂਰੀ ਵੀ ਜਿਹੜੀ ਉਹ ਬਣਾ ਲਈ ਸੀਗੀ। ਜਿਹੜੀ CBI ਨੇ ਸੋਹਰਾਬੂਦੀਨ ਕੇਸ ਦੇ ਵਿੱਚ ਅਮਿਤ ਸ਼ਾਹ ਨੂੰ ਚਾਰਜਸ਼ੀਟ ਕਰਕੇ 25 ਜੁਲਾਈ 2010 ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਸੀਗਾ, ਉਦੋਂ ਉਹਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀਗਾ, ਤੇ ਹੁਣ ਉਹਨੂੰ ਭਾਰਤੀ ਜਨਤਾ ਪਾਰਟੀ ਦੀ ਕਮਾਂਡ ਜਿਹੜੀ ਆ ਜੀ ਦੇ ਕੇ ਸ਼ਾਇਦ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਨੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨੂੰ, ਕਾਨੂੰਨ ਨੂੰ, ਸੰਵਿਧਾਨ ਨੂੰ ਕਿ ਜੋ ਤੁਸੀਂ ਕਰਨਾ ਕਰ ਲਓ, ਆਹ ਲਿਆ ਕੇ ਮੈਂ ਬੰਦਾ ਜਿਹੜਾ ਜੀ ਥੋਪ ਦਿੱਤਾ ਇੱਕ ਕਿਸਮ ਦੇ ਨਾਲ। ਗੁਜਰਾਤ ਦੇ ਦੋ ਬੰਦਿਆਂ ਨੂੰ ਦੋ ਅਹਿਮ ਅਹੁਦੇ, ਇੱਕ ਪ੍ਰਧਾਨ ਮੰਤਰੀ, ਦੂਸਰਾ ਹੁਣ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਜੀ ਉਹ ਪ੍ਰਧਾਨ ਬਣ ਗਿਆ। ਇਹਦੇ ਨਾਲ ਨਿਰਸੰਦੇਹ ਭਾਰਤੀ ਸਿਆਸਤ ਦੇ ਵਿੱਚ ਸ਼ਹਿ ਮਿਲੂਗੀ ਉਹਨਾਂ ਲੋਕਾਂ ਨੂੰ ਜਿਹੜੇ ਦੰਗਿਆਂ ਦੇ ਵਿੱਚ ਯਕੀਨ ਕਰਦੇ ਨੇ, ਜਿਹੜੇ ਅਪਰਾਧਿਕ ਬਿਰਤੀ ਵਾਲੇ, ਅਪਰਾਧਿਕ ਪਿਛੋਕੜ ਵਾਲੇ ਨੇ ਜੀ। ਅਪਰਾਧੀਆਂ ਨੂੰ ਪਾਸੇ ਕਰਨ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਬਹੁਤ ਜ਼ਿਆਦਾ ਰੌਲਾ ਪਾਉਂਦੀ ਰਹੀ ਹੈ, ਪਰ ਅਮਿਤ ਸ਼ਾਹ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਇਹ ਲੱਗਦਾ ਕਿ ਕਹਿਣੀ ਤੇ ਕਥਨੀ ਦੇ ਵਿੱਚ ਬਹੁਤ ਵੱਡਾ ਫਰਕ ਹੈ ਜੀ। ਜੀ ਬਿਲਕੁਲ, ਤੇ ਨਾਲ ਹੀ ਜਿਹੜੇ ਇਸ ਦੇ ਨਾਲ ਜੁੜਦਾ ਹੋਇਆ ਸਵਾਲ ਇਹ ਪੁੱਛਣਾ ਚਾਹੁੰਦੇ ਆ ਵੀ ਹੁਣ ਜਿੱਦਾਂ ਸਾਰੇ ਹੀ ਜਾਣੇ ਹੁਣ ਕਹਿਣਾ ਸ਼ੁਰੂ ਕਰ ਚੁੱਕੇ ਨੇ ਵੀ ਜਿਹੜੇ ਅਡਵਾਨੀ ਤੇ ਵਾਜਪੇਈ ਦੇ ਦੇਣ ਆ ਜਾਂ ਉਹਨਾਂ ਦੇ ਲੈਵਲ ਦੇ ਜਿਹੜੇ ਆ ਉੱਥੋਂ ਦੇ ਲੀਡਰ ਆ ਭਾਜਪਾ ਦੇ, ਉਹਨਾਂ ਨੂੰ ਤਾਂ ਜਿੱਦਾਂ ਤੁਸੀਂ ਵੀ ਕਿਹਾ ਵੀ ਗੁੱਠੇ ਤਾਂ ਲੱਗ ਗਏ ਆ, ਤੇ ਕੀ ਨਰਿੰਦਰ ਮੋਦੀ ਹੁਣ ਇੱਕ ਤਾਂ ਇੱਕ ਪਾਸੇ ਸਰਕਾਰ ਦੇ ਉੱਤੇ ਪੂਰਾ ਉਹਨਾਂ ਦਾ ਕਬਜ਼ਾ ਹੋ ਚੁੱਕਾ, ਤੇ ਦੂਜੇ ਪਾਸੇ BJP ਦੇ ਉੱਤੇ ਵੀ ਕਬਜ਼ਾ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਪੂਰਾ ਹੋ ਚੁੱਕਾ ਆ, ਤੇ ਇਹ ਹੁਣ RSS ਨੇ ਵੀ ਜਿਹੜੇ ਬਿਆਨ ਜਾਰੀ ਕੀਤੇ ਆ ਵੀ ਅੱਗੇ ਇੱਦਾਂ ਹੁੰਦਾ ਸੀਗਾ ਵੀ BJP ਦੇ ਜਿਹੜਾ ਪ੍ਰਧਾਨ ਆ ਤੇ ਜਿਹੜਾ ਸਰਕਾਰ ਦੇ ਵਿੱਚ ਆ ਉਹਨਾਂ ਦੇ ਵਿੱਚ ਦੋ ਪਾਵਰ ਹਾਊਸ ਬਣ ਜਾਂਦੇ ਸੀ, ਹੁਣ ਇਹ ਇੱਕੋ ਬੰਦੇ ਦੇ ਹੇਠ ਰਹਿਣਗੇ ਤਾਂ ਇਹ ਵਧੀਆ ਆ। ਇਸ ਚੀਜ਼ ਨੂੰ ਜਿਹੜੇ ਆਮ ਲੋਕ ਆ, ਆਮ ਭਾਰਤੀ ਆ, ਉੱਥੇ ਦੇ ਨਾਗਰਿਕ ਆ, ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦੇਖਣਾ ਚਾਹੀਦਾ? ਇਹ ਗੱਲ ਜਿਹੜੀ ਇਹਦੀ ਹੋ ਸਕਦੀ ਹੈ ਕਿ RSS ਦੀ ਹੋਵੇ ਕਿ ਕਿਉਂਕਿ ਨਰਿੰਦਰ ਮੋਦੀ ਨੂੰ ਕਮ ਸੇ ਕਮ ਭਾਰਤੀ ਜਨਤਾ ਪਾਰਟੀ ਤੋਂ ਕੋਈ ਨਾ ਕੋਈ ਜਿਹੜਾ ਫਰਕ ਜਾਂ ਫਿਕਰ ਜਿਹੜਾ ਉਹ ਨਹੀਂ ਰਹੂਗਾ,
ਕਿਉਂਕਿ ਉਹਦਾ ਬੰਦਾ ਹੀ ਜਿਹੜਾ ਉੱਥੇ ਪਾਰਟੀ ਦੇ ਉੱਤੇ ਆ ਗਿਆ, ਉਹਦੀ ਮੈਂ ਇਸੇ ਕਰਕੇ ਕਹਿ ਦੀ ਉਹਦੀ ਪਕੜ ਜਿਹੜੀ ਹੈ ਉਹ ਨਿਰਸੰਦੇਹ ਮਜ਼ਬੂਤ ਹੋਈ ਹੈ ਇਸ ਮਾਮਲੇ ਦੇ ਉੱਤੇ ਜੀ ਨਰਿੰਦਰ ਮੋਦੀ ਹੋਰਾਂ ਦੀ। ਇਹ ਗੱਲ ਦਰੁਸਤ, ਅਡਵਾਨੀ ਤੇ ਵਾਜਪੇਈ ਵਾਲੇ ਜਿਹੜੇ ਦਿਨ ਉਹ ਭੁੱਗ ਗਏ। ਇਹ ਵੀ ਕਿਹਾ ਜਾਂਦਾ ਸੀਗਾ ਕਿ ਅਡਵਾਨੀ ਧੜਾ ਸੁਸ਼ਮਾ ਸਵਰਾਜ ਤੇ ਬਾਕੀ ਜਿਹੜੇ ਨੇ ਜੀ ਉਹ ਕਿਤੇ ਨਾ ਕਿਤੇ ਕੋਈ ਮੁਸ਼ਕਲ ਜਿਹੜੀ ਹੈ ਖੜੀ ਕਰ ਸਕਦੇ ਨੇ, ਪਰ ਹੁਣ ਜਿਵੇਂ ਇਹ ਪਕੜ ਮਜ਼ਬੂਤ ਹੋ ਗਈ ਹੈ ਲੱਗਦਾ ਨੀ ਕਿ ਇਸ ਤੋਂ ਬਾਅਦ ਕੋਈ ਕਿਸੇ ਕਿਸਮ ਦਾ ਖਤਰਾ ਜਿਹੜਾ ਉਹ ਨਰਿੰਦਰ ਮੋਦੀ ਨੂੰ ਰਹੂਗਾ। ਹਾਂ, ਇਹਨਾਂ ਹੈ ਕਿ ਰਾਜਨਾਥ ਸਿੰਘ ਤੇ ਦੂਜਾ ਜਿਹੜਾ ਧੜਾ ਆ ਉਹ ਕਿੰਨੀ ਕੁ ਦੇਰ ਇਸ ਮਾਮਲੇ ਦੇ ਉੱਤੇ ਚੁੱਪ ਜਿਹੜੇ ਉਹ ਰਹਿੰਦੇ ਨੇ, ਇਹ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਕਹੀ ਜਾ ਸਕਦੀ, ਇਹ ਮੋਦੀ ਸਰਕਾਰ ਜਿਹੜੀ ਆ ਉਹ ਕਹੀ ਜਾ ਸਕਦੀ ਹੈ। ਭਾਰਤੀ ਜਨਤਾ ਪਾਰਟੀ ਦਾ ਨਾਮ ਮੋਦੀ ਪਾਰਟੀ ਰੱਖ ਦਿੱਤਾ ਜਾਵੇ ਤਾਂ ਉਹ ਬਿਹਤਰ ਹੋਊਗਾ ਜੀ। ਜੀ 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 ਬਿਲਕੁਲ, ਜਿੱਦਾਂ ਜੀ ਇਸ ਟਾਈਮ ਪੰਜਾਬ ਦੇ ਵਿੱਚ ਹਾਲਾਤ ਨੇ, ਸ਼੍ਰੋਮਣੀ ਅਕਾਲੀ ਦਲ ਨਹੀਂ ਇਕੱਲਾ ਬਾਦਲ ਹੀ ਜਿਹੜੀ ਸਰਕਾਰ ਤੇ ਉਹੀ ਪਾਰਟੀ ਦਾ ਨਾਮ ਵੱਜਦਾ ਆ। ਤੇ ਗੱਲ ਜੇ ਹਮ ਪੰਜਾਬ ਦੀ ਕਰ ਰਹੇ ਹਾਂ ਤੇ ਮੁੜ ਕੇ ਆਉਂਦੇ ਇੱਥੋਂ ਦੀ ਸਿਆਸਤ ਦੇ ਵੱਲ। ਉਦਾਂ ਤਾਂ ਕਹਿ ਰਹੇ ਜੀ ਪੰਜਾਬ ਦੇ ਸਿਰ ਬਹੁਤ ਭਾਰੀ ਕਰਜ਼ਾ ਆ, ਖਜ਼ਾਨੇ ਖਾਲੀ ਆ, ਪਰ ਮੰਤਰੀਆਂ ਨੂੰ ਹਰ ਕੁਛ ਵਰਿਆਂ ਬਾਅਦ ਨਵੀਂ ਤੋਂ ਨਵੀਂ ਲਗਜ਼ਰੀ ਗੱਡੀ ਮਿਲ ਜਾਂਦੀ ਆ, ਇਸ ਚੀਜ਼ ਦਾ ਫੇਰ ਐਲਾਨ ਹੋਇਆ ਆ, ਕੀ ਹੈ ਇਸ ਖਬਰ ਦੇ ਪਿੱਛੇ ਪੂਰਾ? ਬਿਲਕੁਲ ਜੀ, ਮੰਤਰੀਆਂ ਮੁੱਖ ਪਾਰਲੀਮਾਨੀ ਸਕੱਤਰਾਂ ਤੇ ਬਾਕੀ ਜਿਹੜੇ ਨੇ ਜੀ ਉਹਨਾਂ ਦੇ ਵਾਸਤੇ ਨਵੀਆਂ ਗੱਡੀਆਂ ਖਰੀਦਣ ਦੇ ਬਾਰੇ 2 ਸਾਲ ਪਹਿਲਾਂ ਜਿਹੜੀ ਪਾਬੰਦੀ ਲਾਈ ਸੀ ਪੰਜਾਬ ਸਰਕਾਰ ਨੇ ਉਹ ਆਪੇ ਹੀ ਹਟਾ ਲਈ ਹੈ ਜੀ। ਪੰਜਾਬ ਸਰਕਾਰ ਛੇਤੀ ਫੋਰਚੂਨਰ, ਕੈਮਰੀ ਤੇ ਕੋਰੋਲਾ ਗੱਡੀਆਂ ਜਿਹੜੀਆਂ ਜੀ ਉਹ ਮੰਤਰੀਆਂ ਦੇ ਵਾਸਤੇ ਜਿਹੜੀ ਖਰੀਦਣ ਦੇ ਵਾਸਤੇ ਤਿਆਰ ਬੈਠੀ ਹੈ ਜੀ। ਸੂਬਾ ਸਰਕਾਰ ਦੇ ਅਫਸਰਾਂ ਨੂੰ ਨਵੀਂ ਨੀਤੀ ਆਉਣ ਤੱਕ ਉਡੀਕਣਾ ਪਏਗਾ ਜੀ, ਔਰ ਨਵੀਆਂ ਜਿਹੜੀਆਂ ਗੱਡੀਆਂ ਨੇ ਖਰੀਦਣ ਦੀ ਉੱਕਾ ਪੁੱਕਾ ਸਫ਼ਰ ਭੱਤਾ ਦੇਣਾ ਜਾਂ ਉਹਨਾਂ ਨੂੰ ਲੀਜ਼ ਦੇ ਉੱਤੇ ਜਿਹੜੀਆਂ ਗੱਡੀਆਂ ਉਹ ਲੈਣ ਦੀ ਪਰਮਿਸ਼ਨ ਇਹਦੇ ਵਿੱਚ ਦਿੱਤੀ ਜਾਊਗੀ। ਰਾਜ ਦੇ ਟਰਾਂਸਪੋਰਟ ਵਿਭਾਗ ਨੇ ਇਹਦੇ ਬਾਰੇ ਜਿਹੜਾ ਫੈਸਲਾ ਜੀ ਉਹ ਕਰਨਾ। ਜਿਹੜੇ ਵਿੱਤ ਮੰਤਰੀ ਨੇ ਜੀ ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਉਹਨਾਂ ਨੇ ਇਹ ਕਿਹਾ ਕਿ ਕਈ ਜਿਹੜੀਆਂ ਗੱਡੀਆਂ ਨੇ ਉਹ ਬਿਲਕੁਲ ਨਕਾਰਾ ਹੋ ਚੁੱਕੀਆਂ ਨੇ। 2 ਸਾਲ ਤੋਂ ਸਰਕਾਰ ਨੇ ਬਹੁਤ ਸੰਜਮ ਤੋਂ ਕੰਮ ਲਿਆ ਤੇ ਹੁਣ ਉਹ ਇਹ ਸੰਜਮ ਜਿਹੜਾ ਜੀ ਇੱਕ ਕਿਸਮ ਦੇ ਨਾਲ ਗੁਆ ਚੁੱਕੀ ਹੈ। ਜਿਹੜੀ ਫੋਰਚੂਨਰ ਗੱਡੀ ਹੈ ਜੀ 22 ਤੋਂ 24 ਲੱਖ ਰੁਪਈਏ ਦੀ ਆ, ਕੈਮਰੀ ਜਿਹੜੀ ਗੱਡੀ ਹੈ ਉਹ ਤਕਰੀਬਨ 25-26 ਲੱਖ ਤੋਂ ਲੈ ਕੇ 25-30 ਲੱਖ ਰੁਪਈਏ ਤੱਕ ਦੀ ਆਉਂਦੀ ਹੈ ਜੀ। ਜਿਹੜੀ ਟੋਇਟਾ ਕਰੋਲਾ ਉਹ 12 ਲੱਖ ਤੋਂ ਲੈ ਕੇ 16.5 ਲੱਖ ਰੁਪਈਏ ਤੱਕ ਦੀ ਹੈ, ਤੇ ਇਨੋਵਾ ਜਿਹੜੀ ਆ ਜੀ ਉਹ 10.25 ਲੱਖ ਤੋਂ ਲੈ ਕੇ 15-15 ਲੱਖ ਰੁਪਈਏ ਤੱਕ ਦੀ ਜਿਹੜੀ ਆ ਜੀ ਉਹ ਆਉਂਦੀ ਹੈ। ਇਹ ਨਵੀਆਂ ਗੱਡੀਆਂ ਜਿਹੜੀਆਂ ਨੇ ਇਹ ਮੰਤਰੀਆਂ ਸੰਤਰੀਆਂ ਦੇ ਵਾਸਤੇ ਜਿਹੜੀਆਂ ਜੀ ਉਹ ਛੇਤੀ ਹੀ ਖਰੀਦੀਆਂ ਜਾਣਗੀਆਂ। ਇਹਦੇ ਨਾਲ ਪੰਜਾਬ ਦੇ ਖਜ਼ਾਨੇ ਦੇ ਉੱਤੇ ਜਿਹੜਾ ਬੋਝ ਆ ਜੀ ਉਹ ਪਊਗਾ, ਪਰ ਉਹ ਬੋਝ ਆਮ ਲੋਕਾਂ ਦੇ ਉੱਤੇ ਪਊਗਾ। ਮੰਤਰੀ ਜਿਹੜੇ ਨੇ ਉਹ ਨਵੀਆਂ ਗੱਡੀਆਂ ਦੇ ਝੂਟੇ ਜਿਹੜੇ ਉਹ ਲੈਣਗੇ। ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਹੁਣ ਤਾਂ ਉਹ ਕਹਿਣੋ ਹਟ ਗਏ ਨੇ, ਵੈਸੇ ਅਥਵਾਲ ਸਾਹਿਬ ਉਹ ਕਹਿੰਦੇ ਰਹੇ ਨੇ ਕਿ ਉਹਨੂੰ ਡਾਕਟਰ ਨੇ ਕਿਹਾ ਹੋਇਆ ਕਿ ਵੱਡੀ ਗੱਡੀ ਲੈਣੀ ਹੈ ਕਿਉਂਕਿ ਉਹਨਾਂ ਦੇ ਗੋਡਿਆਂ 'ਚ ਦਰਦ ਰਹਿੰਦੀ ਹੈ। ਜੀ 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 ਬਿਲਕੁਲ। ਤੇ ਆਪਾਂ ਜਿਹੜੀ ਜਿਹੜੀ ਅਗਲੀ ਗੱਲ ਆ ਉਸਦੇ ਬਾਰੇ ਕਰਦੇ ਹਾਂ ਗੱਲਬਾਤ। ਸੁਖਬੀਰ ਬਾਦਲ ਖਿਲਾਫ਼ ਕੇਸ ਦਰਜ ਕਰਨ ਵਾਲੇ ਜਿਹੜੇ ਪੱਤਰਕਾਰ ਸੀ ਉਹਨਾਂ ਨੂੰ ਕਿਸੇ ਹੋਰ ਹੀ ਕੇਸ ਦੇ ਵਿੱਚ 5 ਸਾਲ ਦੀ ਜਿਹੜੀ ਆ ਕੈਦ ਆ ਉਹ ਸੁਣਾ ਦਿੱਤੀ ਗਈ ਹੈ। ਕਿਹੜਾ ਕੇਸ ਪਾਇਆ ਗਿਆ ਜੀ ਇਹਨਾਂ ਦੇ ਉੱਤੇ? ਫਰੀਦਕੋਟ ਦੇ ਵਿੱਚ ਇਹ ਜਿਹੜਾ ਜੀ ਕੋਟਕਪੂਰੇ ਦਾ ਵਸਨੀਕ ਹੈ ਨਰੇਸ਼ ਕੁਮਾਰ ਸਹਿਗਲ, ਉਹਨੂੰ ਇਰਾਦਾ ਕਤਲ ਦੇ ਦੋਸ਼ ਦੇ ਹੇਠ 5 ਸਾਲ ਦੀ ਕੈਦ ਤੇ 11,000 ਰੁਪਈਏ ਜੁਰਮਾਨਾ ਅਦਾ ਕਰਨ ਦਾ ਹੁਕਮ ਜਿਹੜਾ ਦਿੱਤਾ ਗਿਆ। 2006 ਦੇ ਵਿੱਚ ਪੰਜਾਬ ਦੇ ਮੌਜੂਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਇਰਾਦਾ ਕਤਲ ਦੇ ਉਹਨੇ 2 ਕੇਸ ਦਰਜ ਕਰਾਏ ਸੀਗੇ ਜਿਹੜੇ ਕਿ ਅਦਾਲਤ ਦੇ ਵਿੱਚ ਅਜੇ ਅਧੀਨ ਨੇ ਜੀ। ਕੋਟਕਪੂਰੇ ਦੀ ਪੁਲਿਸ ਨੇ December 2010 ਦੇ ਵਿੱਚ ਸੁਰਿੰਦਰ ਸਿੰਘ ਬੇਦੀ ਜਿਹੜਾ ਕੋਟਕਪੂਰੇ ਦਾ ਰਹਿਣ ਵਾਲਾ ਉਹਦੀ ਸ਼ਿਕਾਇਤ ਦੇ ਉੱਤੇ ਧਾਰਾ 307 ਤੇ 323 ਦੇ ਤਹਿਤ ਕੇਸ ਦਰਜ ਕੀਤਾ ਸੀਗਾ। ਬੇਦੀ ਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਸੀ ਕਿ ਨਰੇਸ਼ ਸਹਿਗਲ ਨੇ 29 December 2010 ਨੂੰ ਉਹਦੀ ਦੁਕਾਨ ਤੇ ਆ ਕੇ ਉਹਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਜਿਹੜਾ ਕਰਤਾ ਸੀਗਾ ਜਿਹਦੇ ਦੌਰਾਨ ਉਹ ਜ਼ਖਮੀ ਹੋ ਗਿਆ ਸੀਗਾ। ਜਿਹੜੀ ਸ਼ਿਕਾਇਤ ਕਰਤਾ ਤੇ ਕਤਲ ਦੇ ਇਰਾਦੇ ਦੇ ਨਾਲ ਹਮਲਾ ਕਰਨ ਤੇ ਉਹਦੀ ਕੁੱਟਮਾਰ ਕਰਨ ਦਾ ਦੋਸ਼ੀ ਮੰਨਦਿਆਂ ਹੋਇਆ ਹੁਣ ਅਦਾਲਤ ਨੇ ਉਹਨੂੰ 5 ਸਾਲ ਦੀ ਕੈਦ 6,000 ਰੁਪਈਏ ਦਾ ਜੁਰਮਾਨਾ ਜਿਹੜਾ ਜੀ ਉਹ ਕੀਤਾ ਹੈ ਜੀ। ਜਿਹੜੀ ਉਹਨੇ ਇਹ ਗੱਲ ਆਖੀ ਹੈ ਕਿ ਇਹ ਸਿਰਫ ਝੂਠੇ ਕੇਸ ਜਿਹੜੇ ਉਹਦੇ ਉੱਤੇ ਦਰਜ ਕਰਾਏ ਜਾ ਰਹੇ ਨੇ ਕਿਉਂਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ਼ ਇਰਾਦਾ ਕਤਲ ਦਾ ਕੇਸ ਜਿਹੜਾ ਉਹ ਕੀਤਾ ਸੀਗਾ। ਇਹ ਐਕਚੁਅਲੀ ਕੁੱਟਮਾਰ ਵਾਲਾ ਮਾਮਲਾ ਸੀਗਾ। ਇਹ ਉਦੋਂ ਇਹ ਆਖਿਆ ਗਿਆ ਸੀਗਾ ਕਿ ਜਿਹੜਾ ਨਰੇਸ਼ ਸਹਿਗਲ ਸੀਗਾ ਇਹਨੇ ਫੋਟੋ ਜਿਹੜੀ ਸੀ ਖਿੱਚਣੀ ਚਾਹੀ ਸੀ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਹਦਾ ਕੈਮਰਾ ਵੀ ਤੋੜ ਦਿੱਤਾ ਤੇ ਉਹਦੇ ਥੱਪੜ ਜਿਹੜੇ ਸਨ ਉਹ ਵੀ ਮਾਰੇ ਸਨ। ਇਹ ਸ਼ਾਇਦ ਲੋਕਾਂ ਦੇ ਚੇਤੇ ਦੇ ਵਿੱਚ ਜਿਹੜਾ ਦੀ ਹੋਵੇ ਕਿਤੇ ਨਾ ਕਿਤੇ ਕਿ 2006 ਦੇ ਵਿੱਚ ਇਹ ਮਾਮਲਾ ਕਾਫ਼ੀ
ਭਖਿਆ ਸੀਗਾ, ਪਰ ਇਹ ਮਾਮਲਾ ਅਜੇ ਵੀ ਤੁਰਿਆ ਫਿਰਦਾ ਤੇ 2010 ਦੇ ਵਿੱਚ ਜਿਹੜਾ ਕੇਸ ਦਰਜ ਹੋਇਆ ਸੀਗਾ ਉਸ ਮਾਮਲੇ 'ਚ ਬੰਦੇ ਨੂੰ ਸਜ਼ਾ ਵੀ ਹੋ ਗਈ। ਜੀ 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 ਬਿਲਕੁਲ ਏਦਾਂ ਹੀ ਆ ਜੀ। ਜਿਹੜੇ ਸਰਕਾਰ ਜਿਹੜੇ ਹੈਗੇ ਨੇ ਜੀ ਡਿਪਟੀ ਮੁੱਖ ਮੰਤਰੀ ਨੇ, ਈਡੀ ਜਲਦੀ ਉਹਨਾਂ ਦੇ ਉੱਤੇ ਕਿੱਦਾਂ ਕੋਈ ਸਜ਼ਾ ਹੋ ਸਕਦੀ ਉਹਨਾਂ ਨੂੰ। ਅਗਲੀ ਗੱਲ ਕਰਦੇ ਹਾਂ ਜਗਦੀਸ਼ ਭੋਲੇ ਦੀ, ਉਸ ਦੀ ਜਿਹੜੀ ਕਿ ਪੇਸ਼ੀ ਅਦਾਲਤ ਦੇ ਵਿੱਚ, ਅਤੇ ਉਸ ਦੇ ਲਈ ਜਿਹੜੇ ਪੁਲਿਸ ਦੇ ਵੱਲੋਂ ਕਾਫੀ ਸਖਤ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਨੇ, ਕੀ ਹੈਗਾ ਜੀ ਇਸ ਪੂਰੀ ਗੱਲ? ਪਿਛਲੇ ਦਿਨਾਂ ਦੇ ਵਿੱਚ ਸਾਡੀ ਕੋਸ਼ਿਸ਼ਾਂ ਜਿਹੜੀਆਂ ਹੁੰਦੀਆਂ ਰਹੀਆਂ ਨੇ ਕਿ ਇਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੋ ਜਾਵੇ, ਪਰ ਇੱਕ ਵਾਰੀ ਫੇਰ ਜੀ ਜਿਹੜੀ ਮੋਹਾਲੀ ਦੀ ਅਦਾਲਤ ਹੈ ਉਹਦੇ ਵਿੱਚ ਜਿਹੜੇ ਅੰਤਰਰਾਸ਼ਟਰੀ ਡਰੱਗ ਸਮਗਲਰ ਨੇ ਜੀ ਜਗਦੀਸ਼ ਭੋਲਾ ਤੇ ਉਹਦੇ ਜਿਹੜੇ ਬਾਕੀ ਸਾਥੀ ਨੇ ਉਹਨਾਂ ਨੂੰ ਪੇਸ਼ ਕੀਤਾ ਗਿਆ, ਜਿਹੜੇ ਦੋਸ਼ ਤੈਅ ਕਰਨ ਦੇ ਬਾਰੇ ਵਕੀਲਾਂ ਦੀ ਜਿਹੜਾ ਜਿਹੜੀ ਹੈ ਜੀ ਉਹ ਖਤਮ ਹੋ ਗਈ ਹੈ। ਜਗਦੀਸ਼ ਭੋਲਾ ਤੇ ਉਹਦੇ ਸਾਥੀਆਂ ਨੂੰ ਪਟਿਆਲੇ ਦੀ ਪੁਲਿਸ ਨੇ ਤੇ ਬਨੂੜ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀਗਾ। ਪੁਲਿਸ ਨੇ ਇਹਨਾਂ ਦੇ ਕੋਲੋਂ 18 ਕਰੋੜ ਰੁਪਈਏ ਦਾ ਨਸ਼ੀਲਾ ਪਦਾਰਥ ਬਰਾਮਦ ਕਰਨ ਦਾ ਦਾਅਵਾ ਜਿਹੜਾ ਉਹ ਕੀਤਾ ਜੀ। ਬਨੂੜ ਦੀ ਪੁਲਿਸ ਨੇ 2013 ਦੇ ਵਿੱਚ ਬਨੂੜ ਖੇਤਰ ਦੇ ਵਿੱਚ ਉਹ ਭੋਲਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਆਪਣੀ ਗੱਡੀ ਛੱਡ ਕੇ ਉਸ ਟਾਈਮ ਦੇ ਉੱਤੇ ਫਰਾਰ ਹੋ ਗਿਆ ਸੀਗਾ। ਇਦੋਂ ਪਹਿਲਾਂ ਭੋਲੇ ਦੀ ਮੋਹਾਲੀ ਦੀ ਰਿਹਾਇਸ਼ ਤੋਂ 10 ਕਰੋੜ ਦੇ ਨਸ਼ੀਲੇ ਪਦਾਰਥ ਜਿਹੜੇ ਸੀਗੇ ਉਹ ਬਰਾਮਦ ਕੀਤੇ ਸੀਗੇ ਜੀ। ਇਸ ਮਾਮਲੇ ਦੇ ਵਿੱਚ ਜਿਹੜੇ ਲੋਕ ਬਾਕੀ ਜਿਹੜੇ ਸਾਥੀ ਉਹਦੇ ਪੇਸ਼ ਕੀਤੇ ਗਏ ਅਦਾਲਤ ਦੇ ਵਿੱਚ ਉਹਦੇ ਵਿੱਚ ਜਗਦੀਸ਼ ਭੋਲਾ, ਮਨਜਿੰਦਰ ਸਿੰਘ ਔਲਖ, ਬਿੱਟੂ ਔਲਖ, ਬਲਜਿੰਦਰ ਸਿੰਘ ਸੋਨੂ, ਸਰਬਜੀਤ ਤਾਬਾ, ਜਗਜੀਤ ਸਿੰਘ ਚਾਹਲ, ਸਤਿੰਦਰ ਸਿੰਘ ਧਾਮਾ, ਅਨੂਪ ਸਿੰਘ ਕਾਲੋ, ਸੁਰਜੀਤ ਸਿੰਘ ਤੇ ਪਰਮਜੀਤ ਸਿੰਘ ਪੰਮਾ ਜਿਹੜੇ ਨੇ ਉਹ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਨੇ। 19 ਜੁਲਾਈ ਜਿਹੜੀ ਹੈ ਜੀ ਅਗਲੀ ਇਹਨਾਂ ਦੀ ਤਰੀਕ ਪੈ ਗਈ ਆ। ਮੈਂ ਦੱਸਦਾ ਕਿ ਇਹਨਾਂ ਦੇ ਖਿਲਾਫ ਚਾਰਜਸ਼ੀਟ ਜਿਹੜੀ ਹੈ ਉਹ ਪੇਸ਼ ਹੋ ਚੁੱਕੀ ਹੋਈ ਆ ਤੇ ਹੁਣ ਵਕੀਲਾਂ ਦੀ ਜਿਹੜਾ ਜਿਹੜੀ ਇਸ ਮਾਮਲੇ ਦੇ ਉੱਤੇ ਉਹ ਵੀ ਸਮਾਪਤ ਹੋ ਗਈ ਹੈ ਜੀ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਉਸਨੂੰ ਜਿਹੜੀ ਮਨਜ਼ੂਰੀ ਦੇ ਦਿੱਤੀ ਗਈ ਸੀ ਪਿਛਲੇ ਦਿਨਾਂ ਦੇ ਵਿੱਚ, ਤੇ ਇਹ ਹੁਣ ਜਿਹੜੇ ਆਸ ਲਾਈ ਬੈਠੇ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਨੇ ਵੀ ਸੈਂਟਰ ਦੇ ਉੱਤੇ ਜਿਹੜੀ ਉਹਨਾਂ ਦੀ ਕਾਫੀ ਆਸ ਟਿੱਕੀ ਹੋਈ ਆ, ਇਹ ਪੂਰਾ ਹੁਣ ਇਸ ਟਾਈਮ ਮਸਲਾ ਮਾਮਲਾ ਕਿਸ ਪਾਸੇ ਨੂੰ ਵੱਧਦਾ ਨਜ਼ਰ ਆ ਰਿਹਾ? ਮੈਂ ਇਸ ਖਬਰ ਨੂੰ ਥੋੜਾ ਜਿਹਾ ਇਸ ਪੱਖੋਂ ਲੈਂਦਾ ਜੀ ਕਿ ਜਿਹੜੇ ਸਾਡੇ ਸਿਆਸਤਦਾਨ ਨੇ ਇਹ ਕਹਿੰਦੇ ਕੀ ਨੇ ਤੇ ਹੁੰਦਾ ਕੀ ਹੈ। ਇੱਕ ਗੱਲ ਜਿਹੜੇ ਬਾਦਲ ਸਾਹਿਬ ਹਮੇਸ਼ਾ ਹੁਣ ਤੱਕ ਕਹਿੰਦੇ ਰਹੇ ਨੇ ਕਿ ਜਿਹੜੇ ਕੇਂਦਰ ਦੀ ਸਰਕਾਰ ਹੈ ਉਹ ਸਿੱਖਾਂ ਦੇ ਨਿੱਜੀ ਮਾਮਲਿਆਂ ਦੇ ਵਿੱਚ ਬਹੁਤ ਦਖਲ ਦਿੰਦੀ ਹੈ ਤੇ ਉਹ ਲੰਬੇ ਅਰਥੀ ਵੀ ਲੈਂਦੇ ਰਹੇ ਨੇ। ਹਾਂ, ਹੁਣ ਉਹਨਾਂ ਦੇ ਬਿਆਨ ਜਿਹੜੇ ਉਹ ਚੇਂਜ ਹੋ ਗਏ। ਉਹ ਤਾਂ ਇਹ ਵੀ ਕਹੀ ਜਾਂਦੇ ਕਿ ਰੇਲਵੇ ਬਜਟ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਉਹ ਕੁਛ ਪੰਜਾਬ ਨੂੰ ਦਿੱਤਾ ਜਿਹੜਾ ਅਜੇ ਤੱਕ ਨਹੀਂ ਸੀ ਦਿੱਤਾ। ਦਿੱਤਾ ਕੀ ਹੈ ਇਹ ਨੀ ਕਿਸੇ ਨੂੰ ਸਮਝ ਆ ਰਿਹਾ। ਉਹ ਇਹ ਵੀ ਕਹਿੰਦਾ ਕਿ ਜਿਹੜੀ ਸਰਹੱਦ ਹੈ ਭਾਰਤ ਤੇ ਪਾਕਿਸਤਾਨ ਦੀ ਉਹ ਕਹਿੰਦੇ ਸੀਲ ਥੋੜੀ ਕੀਤੀ ਜਾ ਸਕਦੀ ਹੈ। ਜਿਹੜੇ ਹੁਣ ਤੱਕ ਕਹਿੰਦੇ ਸਨ ਕਿ ਸਾਰਾ ਸਮਗਲਿੰਗ ਤਾਂ ਜਿਹੜੀ ਪਾਕਿਸਤਾਨ ਤੋਂ ਆ ਰਹੀ ਹੈ ਸੈਂਟਰ ਦੀ ਸਰਕਾਰ ਜਿਹੜੀ ਉਹ ਸੀਲ ਨਹੀਂ ਕਰ ਰਹੀ। ਹੁਣ ਅਗਲਾ ਜਿਹੜਾ ਮਾਮਲਾ ਨਵਾਂ ਇਹ ਆਇਆ ਜੀ ਕਿ ਜਿਹੜੇ ਮੱਕੜ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਮੰਗੀ ਹੈ ਜੀ। ਜੀ ਜੀ ਇਹ ਕਿਹਾ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਤੁਰੰਤ ਇਹਦੇ ਵਿੱਚ ਦਖਲ ਅੰਦਾਜ਼ੀ ਕਰੇ ਤੇ ਹਰਿਆਣੇ ਦੇ ਵਿੱਚ ਵੱਖਰੀ ਕਰਨ ਵਾਲੀ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ ਕਿਸੇ ਤਰੀਕੇ ਦੇ ਨਾਲ ਰੋਕੇ। ਜਿਹੜੀ 6 ਜੁਲਾਈ ਨੂੰ ਕੈਥਲ ਦੇ ਵਿੱਚ ਸਿੱਖ ਸੰਮੇਲਨ ਦੇ ਦੌਰਾਨ ਵੱਖਰੀ ਕਮੇਟੀ ਬਣਾਉਣ ਦਾ ਐਲਾਨ ਜਿਹੜਾ ਕੀਤਾ ਗਿਆ ਸੀਗਾ, ਇਸ ਮਾਮਲੇ ਦੇ ਉੱਤੇ ਇਹ ਕਿਹਾ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅਵਤਾਰ ਸਿੰਘ ਮੱਕੜ ਹੋਰਾਂ ਦੀ ਤਕੜੀ ਖਿਚਾਈ ਕੀਤੀ ਆ ਕਿ ਤੁਸੀਂ ਹਰਿਆਣੇ ਦੇ ਸਿੱਖਾਂ ਨੂੰ ਨਾਲ ਜਿਹੜਾ ਸੀ ਉਹ ਕਿਉਂ ਨੀ ਲੈ ਕੇ ਤੁਰੇ ਤੇ ਜਿਹੜੀਆਂ ਗੋਲਕਾਂ ਨੇ ਉਹਨਾਂ ਦੇ ਉੱਤੇ ਕਬਜ਼ਾ ਜਿਹੜਾ ਹੈ ਖਤਮ ਹੋ ਜਾਣਾ, ਕਿਉਂਕਿ ਐਸ ਜੀ ਪੀ ਸੀ ਦੀ ਫੁੱਲ ਫਾਰਮ ਜਿਹੜੀ ਹੈ ਜੀ ਉਹ ਸ਼੍ਰੋਮਣੀ ਜਿਹੜੀ ਗੋਲਕ ਪ੍ਰਬੰਧਕ ਕਮੇਟੀ ਕਹੀ ਜਾਂਦੀ ਹੈ। ਇਸ ਕਰਕੇ ਗੋਲਕ ਜਿਹੜੀਆਂ ਜਾ ਰਹੀਆਂ ਨੇ ਹੁਣ ਸੈਂਟਰ ਦੀ ਸਰਕਾਰ ਸਿੱਧੀ ਦਖਲ ਅੰਦਾਜ਼ੀ ਜਿਹੜੀ ਆ ਉਹ ਮੰਗੀ ਜਾ ਰਹੀ ਆ। ਹੁਣ ਤੱਕ ਗੱਲ ਗੱਲ ਦੇ ਉੱਤੇ ਭੰਡਦੇ ਰਹੇ ਕਿ ਕੇਂਦਰ ਸਰਕਾਰ ਜਿਹੜਾ ਸਿੱਖਾਂ ਦੇ ਮਾਮਲਿਆਂ ਚ ਦਖਲ ਦਿੰਦਾ। ਹੁਣ ਬਕਾਇਦਾ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਇਹਦੇ ਚ ਦਖਲ ਦਿਓ। ਜੀ, ਦੋ ਚੀਜ਼ਾਂ ਕਿਵੇਂ ਆਪਸ ਦੇ ਵਿੱਚ ਮਿਲ ਸਕਦੀਆਂ ਨੇ ਜੀ, ਹੈਰਾਨੀ ਵਾਲੀ ਗੱਲ ਹੈ। ਜੀ 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 ਬਿਲਕੁਲ, ਇਹ ਤਾਂ ਜੀ ਇਹ ਜਿਹੜੇ ਸਿਆਸਤਦਾਨ ਆ ਇਹ ਵੀ ਇਹ ਤਾਂ ਜਾਣਦੇ ਹੀ ਜਾਣਦੇ, ਹੁਣ ਲੋਕਾਂ ਨੂੰ ਵੀ ਜਿਹੜੀ ਆ ਜੀ ਸ਼ਾਇਦ ਇਸ ਚੀਜ਼ ਦੇ ਬਾਰੇ ਸਮਝ ਆਉਣੀ ਸ਼ੁਰੂ ਹੋ ਜਾਵੇ ਵੀ ਕਰਦੇ ਕੀ ਨੇ ਅਤੇ ਹੁੰਦਾ ਕੀ ਆ। ਅਗਲੀ ਆਪਾਂ ਗੱਲ ਕਰ ਰਹੇ ਹਾਂ ਗਿਰੀਰਾਜ ਜਿਹੜਾ ਇੱਕ ਵਿਧਾਇਕ ਹੈਗਾ ਵਿਧਾਨ ਸਭਾ ਦਾ, ਉਸ ਦੇ ਬਾਰੇ ਜਿਹੜੀ ਕਾਫੀ ਚਰਚਾ ਜਿਹੜੀ ਜੀ ਛਿੜੀ ਹੋਈ ਆ, ਚੋਰੀ ਚੋਰੀ ਹੋਈ ਸੀ, ਬਾਅਦ 'ਚ ਕੁਝ ਪੈਸੇ ਜ਼ਿਆਦਾ ਲੱਭ ਗਏ ਆ, ਕੀ ਹੈ ਜੀ ਪੂਰਾ ਮਾਮਲਾ? ਇਹਨਾਂ ਦੀ ਘਰੋਂ ਚੋਰੀ ਹੋਈ ਸੀਗੀ ਜਿਹੜੇ ਤਕਰੀਬਨ 1.25 ਕਰੋੜ ਰੁਪਈਏ, $600 ਅਮਰੀਕਨ ਡਾਲਰ ਹੋਇਆ ਇਹ ਜੀ। ਐਕਚੁਅਲੀ ਬੜੀ
ਅਜੀਬੋ ਗਰੀਬ ਜੀ ਖਬਰ ਆ, ਉਹਨੇ ਚੋਰੀ ਦਾ ਇਹ ਕਹਿਤਾ ਕਿ ਉਹਦੇ ਘਰ ਤੋਂ ਚੋਰੀ ਹੋਈ ਆ, ਥੋੜਾ ਜਿਹਾ ਮਾਮਲਾ ਦਰਜ ਕਰਾਤਾ ਕਿ ਇੰਨਾ ਕੁ ਉਹਦਾ ਜਿਹੜਾ ਸਮਾਨ ਹੈ ਉਹ ਚੋਰੀ ਹੋਇਆ, ਜਦੋਂ ਕਿ ਜਦੋਂ ਪੁਲਿਸ ਨੇ ਚੋਰ ਫੜੇ ਤੇ ਇਹ ਮਾਮਲਾ ਹੋਰ ਦਾ ਹੋਰ ਹੀ ਨਿਕਲਿਆ ਜੀ। ਉਹਦੇ ਘਰੋਂ ਜਿਹੜਾ ਚੋਰੀ ਹੋਇਆ ਸਮਾਨ ਸੀਗਾ ਉਹ 125 ਕਰੋੜ ਰੁਪਇਆ, $600 ਅਮਰੀਕਨ ਸੋਨੇ ਤੇ ਚਾਂਦੀ ਦੇ ਗਹਿਣੇ ਜਿਹੜੇ ਸੀਗੇ ਉਹ ਬਰਾਮਦ ਕਰ ਲਏ। ਇਹਦੇ ਨਾਲ ਜਿਹੜਾ ਸੀਗਾ ਜੀ ਮਾਮਲਾ ਇਸ ਪਾਸੇ ਪਿਆ ਕਿ ਗਿਰੀਰਾਜ ਤਾਂ ਕਹਿੰਦਾ ਸੀਗਾ ਕਿ ਉਹਦੇ ਘਰ ਦੇ ਵਿੱਚੋਂ ਉਹ 40-50 ਹਜ਼ਾਰ ਰੁਪਇਆ ਚੋਰੀ ਹੋਇਆ, ਜਦੋਂ ਕਿ ਪੁਲਿਸ ਨੇ ਫੜ ਲਿਆ ਜੀ ਜਿਹੜਾ 125 ਕਰੋੜ ਰੁਪਇਆ। ਹੁਣ ਆਇਆ ਕਿੱਥੋਂ ਇਹ ਇੰਨਾ ਸੋਨਾ ਚਾਂਦੀ ਜਿਹੜਾ ਇੰਨਾ ਕਿੱਥੋਂ ਆਇਆ? ਇਹ ਜਿਹੜਾ ਜੀ ਗਿਰੀਰਾਜ ਤੋਂ ਹੁਣ ਪੁਲਿਸ ਜਿਹੜੀ ਹੈ ਜੀ ਉਹ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ ਕਿ ਇਹ ਇਸ ਮਾਮਲੇ ਦੇ ਵਿੱਚ ਇਹ ਪੈਸਾ ਕਿੱਥੋਂ ਆਇਆ। ਇੱਕ ਪਾਸੇ ਤਾਂ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਚੋਣਾਂ ਦੇ ਦੌਰਾਨ ਵਾਅਦਾ ਕੀਤਾ ਸੀਗਾ ਜੀ ਕਿ ਉਹਨੇ ਜਿਹੜੀ ਬਲੈਕ ਮਨੀ ਆ ਉਹ ਬਾਹਰਲੇ ਮੁਲਕਾਂ ਤੋਂ ਲਿਆਉਣੀ ਹੈ, ਹੁਣ ਉਹਨੇ ਆਪਣੇ ਬੰਦਿਆਂ ਦੇ ਘਰਾਂ ਦੇ ਵਿੱਚੋਂ ਇਹ ਲੱਭਣੀ ਸ਼ੁਰੂ ਹੋ ਗਈ। ਮੇਰਾ ਖਿਆਲ ਜਿਹੜੀ ਸਵਿਸ ਬੈਂਕ ਦੇ ਵਿੱਚ ਪਈ ਹੈ ਉਹ ਤਾਂ ਬਾਅਦ ਵਾਲੀ ਗੱਲ ਹੈ, ਜਿਹੜੀ ਇਹਨਾਂ ਵਿਧਾਇਕਾਂ ਦੇ ਘਰਾਂ ਦੇ ਵਿੱਚ ਇੰਨੀ ਪਈ ਹੈ, ਜੇਕਰ ਉਹਦੇ ਉੱਤੇ ਛਾਪੇਮਾਰੀ ਹੋ ਜਾਵੇ ਤੇ ਬਜਟ ਦੇ ਵਿੱਚ ਰੌਣਕ ਜਿਹੜੀ ਆ ਜੀ ਉਹ ਖਜ਼ਾਨੇ ਦੇ ਵਿੱਚ ਭਾਰਤ ਦੇ ਵਿੱਚ ਲੱਗ ਸਕਦੀ ਹੈ। ਬਰਬੋਲਾ ਇੱਕ ਭਾਰਤੀ ਜਨਤਾ ਪਾਰਟੀ ਦਾ ਸੰਸਦ ਮੈਂਬਰ ਜਿਹੜਾ ਜੀ ਉਹਦੀ ਹੁਣ ਬੋਲਤੀ ਪਿਛਲੇ 2 ਦਿਨਾਂ ਤੋਂ ਬੰਦ ਹੋਈ ਹੋਈ ਹੈ। ਬਿਹਾਰ ਵਿਧਾਨ ਸਭਾ ਦੇ ਵਿੱਚ ਕਾਫੀ ਹੰਗਾਮਾ ਜਿਹੜਾ ਜੀ ਇਸ ਮਾਮਲੇ ਨੂੰ ਲੈ ਕੇ ਹੋਇਆ ਕਿ ਪਤਾ ਕਰੋ ਭਾਈ ਇਹਦੇ ਕੋਲੇ ਇੰਨਾ ਪੈਸਾ ਜਿਹੜਾ ਕਿੱਥੋਂ ਆਇਆ, ਉਹਨੇ ਪੁਲਿਸ ਦੇ ਕੋਲੇ ਝੂਠ ਕਿਉਂ ਬੋਲਿਆ ਕਿ ਉਹਦੀ ਤਾਂ ਥੋੜੀ ਜੀ ਚੋਰੀ ਹੋਈ ਆ, ਜਦੋਂ ਕਿ ਪੁਲਿਸ ਨੇ ਜਿਹੜੀ ਆ ਜੀ ਉਹ ਬਰਾਮਦ ਇੰਨਾ ਕੁਛ ਕਰ ਲਿਆ। ਹੁਣ ਗਿਰੀਰਾਜ ਇਹ ਵੀ ਨੀ ਕਹਿ ਸਕਦਾ ਕਿ ਇਹ ਪੈਸੇ ਉਹਦੇ ਨਹੀਂ ਹੈਗੇ, ਜੇ ਕਹੂਗਾ ਉਹਦੇ ਆ ਤਾਂ ਇਹ ਫਿਰ ਦੱਸਣਾ ਪਊਗਾ ਆਏ ਕਿੱਥੋਂ ਨੇ ਆਏ ਕਿੱਥੋਂ ਨੇ। ਬਿਲਕੁਲ ਜੀ, ਸੋ ਦੇਖਦੇ ਹਾਂ ਵੀ ਇਹ ਕੇਸ ਕਿੰਨੀ ਕੁ ਦੇਰ ਤੱਕ ਜਿਹੜੀ ਇਹ ਗੱਲਬਾਤ ਜਾਂ ਉਸ ਦੇ ਵਿੱਚ ਰਹਿੰਦਾ ਅਤੇ ਕਿੱਡੀ ਜਲਦੀ ਇਸ ਨੂੰ ਹੂੰਜਾ ਮਾਰ ਦਿੱਤਾ ਜਾਂਦਾ, ਕਿਉਂਕਿ ਭਾਜਪਾ ਦੀ ਇਸ ਟਾਈਮ ਹਰ ਇੱਕ ਪਾਸੇ ਪੂਰੀ ਬੱਲੇ ਬੱਲੇ ਹੋਈ ਪਈ ਹੈ ਜੀ। ਅਤੇ ਜਾਣ ਤੋਂ ਪਹਿਲਾਂ ਜਿਹੜਾ ਜੀ ਅੱਜਨਾਮਾ ਵੀ ਸੁਣਾਂਗੇ, ਪਰ ਉਸ ਤੋਂ ਪਹਿਲਾਂ ਜ਼ਰੂਰ ਤੁਹਾਨੂੰ ਪੁੱਛਣਾ ਚਾਹਾਂਗੇ ਵੀ ਤੁਹਾਡੀ ਜਿਹੜੀ ਕੈਨੇਡਾ ਦੀ ਫੇਰੀ ਹੈ ਉਸ ਦੇ ਬਾਰੇ ਜ਼ਰੂਰ ਆਪਣੇ ਸਰੋਤਿਆਂ ਨੂੰ ਦੱਸੋ। ਜੀ ਐਕਚੁਲੀ ਮਕਸਦ ਇੱਕੋ ਹੀ ਸੀਗਾ ਜੀ, ਥੋੜੇ ਦਿਨਾਂ ਦਾ ਸੀਗਾ ਜੀ, ਭੱਜ ਨੱਠ ਬਹੁਤ ਜ਼ਿਆਦਾ ਰਹੀ ਟੋਰੰਟੋ ਦੇ ਵਿੱਚ, ਕੈਲਗਰੀ ਦੇ ਵਿੱਚ, ਸਰੀ ਦੇ ਵਿੱਚ ਜਿਹੜੇ ਲੋਕਾਂ ਦੇ ਕੰਸਰਨ ਸੀਗੇ ਜੀ ਉਹ ਸਾਹਮਣੇ ਆਏ ਜੀ। ਥੋੜਾ ਉਦਾਸ ਵੀ ਕੀਤਾ ਜੀ ਇਹਨਾਂ ਗੱਲਾਂ ਨੇ ਕਿ ਜਿੱਥੇ ਜਿੱਥੇ ਸਾਡੀ ਪੰਜਾਬੀ ਵਸੋਂ ਆ ਜੀ ਉੱਥੇ ਨਸ਼ਿਆਂ ਦੀ ਵਰਤੋਂ ਜਿਹੜੀ ਆ ਨਾ ਜੀ ਉਹ ਬਹੁਤ ਗੰਭੀਰ ਮੁੱਦੇ ਇਸ ਵੇਲੇ ਕਿਹਾ ਜਾ ਸਕਦਾ ਜੀ, ਹਾਲਾਂਕਿ ਇਹਦੀ ਇੰਨੀ ਗੱਲ ਨਹੀਂ ਹੋ ਰਹੀ। ਕੁਛ ਚੀਜ਼ਾਂ ਦਾ ਉਹ ਵੀ ਪਤਾ ਲੱਗਿਆ ਜੀ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ, ਜਿਵੇਂ 12-12, 14-14 ਸਾਲ ਦੇ ਜਿਹੜੇ ਬੱਚੇ ਨੇ ਨਾ ਜੀ ਉਹ ਨਾ ਸਿਰਫ ਨਸ਼ੇ ਲੈ ਰਹੇ ਨੇ ਬਲਕਿ ਉਹਨਾਂ ਨੂੰ ਵੇਚਣ ਦੇ ਵਿੱਚ ਵੀ ਜਿਹੜਾ ਉਹ ਸ਼ਾਮਿਲ ਕਰ ਲਿਆ ਗਿਆ। ਇਸ ਤੋਂ ਇਲਾਵਾ ਜਿਹੜੀਆਂ ਲੜਕੀਆਂ ਕੁਛ ਜਿਹੜੀਆਂ ਇੱਥੋਂ ਪੜ੍ਹਨ ਜਾਂਦੀਆਂ ਨੇ ਜੀ ਸਟੂਡੈਂਟ ਵੀਜ਼ੇ ਦੇ ਉੱਤੇ, ਉਹਨਾਂ ਨੂੰ ਵੀ ਇਹਦੇ ਵਿੱਚ ਜਿਹੜਾ ਸ਼ਾਮਿਲ ਕੀਤਾ ਗਿਆ। ਉਹਨਾਂ ਨੂੰ ਇਹ ਕਿਹਾ ਜਾਂਦਾ ਜੀ ਕਿ ਤੁਸੀਂ ਆਪਣੀਆਂ ਜਿਹੜੀਆਂ ਫੀਸਾਂ ਦੇਣੀਆਂ ਨੇ ਉਹਨਾਂ ਦਾ ਫਿਕਰ ਨਾ ਕਰੋ। ਇੱਕ ਚਰਚਿਤ ਕਾਲਜ ਜਿਹੜਾ ਬ੍ਰੈਂਪਟਨ ਦੇ ਵਿੱਚ ਸਥਿਤ ਹੈ ਜੀ ਉੱਥੇ ਉਹਨਾਂ ਦੀ ਵਰਤੋਂ ਜਿਹੜੀ ਆ ਇਹਨਾਂ ਨਸ਼ਿਆਂ ਨੂੰ ਵੇਚਣ ਦੇ ਵਾਸਤੇ ਜਿਹੜੀ ਆ ਉਹ ਕੀਤੀ ਜਾ ਰਹੀ ਹੈ, ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦਾ ਸਰੀਰਕ ਸ਼ੋਸ਼ਣ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਸ਼ਾਮਿਲ ਜ਼ਰੂਰ ਹੋਊਗਾ। ਇਹ ਬੜੀਆਂ ਉਦਾਸ ਕਰ ਦੇਣ ਵਾਲੀਆਂ ਗੱਲਾਂ ਵੀ ਨੇ, ਪਰ ਨਾਲ ਦੀ ਨਾਲ ਪੇਰੈਂਟਸ ਦੇ ਜਿਹੜੇ ਕੰਸਰਨ ਨੇ ਉਹ ਸਾਹਮਣੇ ਆਏ ਨੇ। ਇਹ ਕਿਸੇ ਇੱਕ ਦੀ ਮੁਹਿੰਮ ਤਾਂ ਹੈ ਨੀ ਜੀ, ਹਾਂ ਜੇ ਇਹਦੇ ਵਾਸਤੇ ਸਾਰੇ ਲੋਕ ਉੱਠ ਕੇ ਖੜੇ ਹੋ ਜਾਣ, ਇਕਜੁੱਟ ਹੋ ਜਾਣ ਤਾਂ ਖਦੇੜਿਆ ਜਾ ਸਕਦਾ ਜੀ ਉਹਨਾਂ ਲੋਕਾਂ ਨੂੰ ਜਿਹੜੇ ਸਾਡੇ ਪੁੱਤਾਂ ਧੀਆਂ ਨੂੰ ਜਿਹੜਾ ਮਾਰਨ ਦੇ ਵਾਸਤੇ ਕਮਰ ਕਸੇ ਕੱਸੀ ਬੈਠੇ ਨੇ, ਉਹਨਾਂ ਦਾ ਮਕਸਦ ਸਿਰਫ ਪੈਸੇ ਕਮਾਉਣਾ, ਇਹਦੇ ਵਾਸਤੇ ਚਾਹੇ ਕਿਸੇ ਦੀ ਜਾਨ ਜਾਂਦੀ ਇੱਥੇ ਚਲੀ ਜਾਵੇ ਜੀ। ਬਿਲਕੁਲ, ਉਮੀਦ ਕਰਦੇ ਹਾਂ ਵੀ ਤੁਹਾਡੀਆਂ ਇਹਨਾਂ ਸਾਰੀਆਂ ਜਿਹੜੀ ਮੁਹਿੰਮ ਦੇ ਵਿੱਚ ਬਾਕੀ ਵੀ ਸਾਰੇ ਜੁੜਨਗੇ, ਅਤੇ ਸਾਡੇ ਵੱਲੋਂ ਹਮੇਸ਼ਾ ਹੀ ਜਿਹੜਾ ਸਾਥ ਰਹੇਗਾ ਵੀ ਇਹ ਨਸ਼ੇ ਆ ਜਿਨ੍ਹਾਂ ਜਿਹੜੇ ਕਿ ਇਸ ਟਾਈਮ ਘਰ ਘਰ ਤੱਕ ਜਿਹੜੇ ਪਹੁੰਚ ਚੁੱਕੇ, ਉਸ ਨਸ਼ੇ ਦੇ ਕੋੜ ਨੂੰ ਜਿਹੜਾ ਜੀ ਵੱਢਿਆ ਜਾ ਸਕੇ, ਉਸ ਤੋਂ ਸਾਰੀ ਹੀ ਜਿਹੜੇ ਨੌਜਵਾਨਾਂ ਨੂੰ ਦੂਰ ਕੀਤਾ ਜਾ ਸਕੇ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਇੱਕ ਨਾ ਜੀ, ਅੱਜਨਾਮੇ ਤੋਂ ਪਹਿਲਾਂ ਮੈਂ ਅੱਜਨਾਮਾ ਜਿਹੜਾ ਫੁੱਟਬਾਲ ਹੋ ਰਹੇ ਨੇ ਜੀ ਮੈਚ ਉਹਦੇ ਨਾਲ ਜੁੜਿਆ ਹੋਇਆ। ਠੀਕ ਹੈ, ਇੱਥੇ ਚੁਟਕਲਾ ਬੜਾ ਫੇਮਸ ਹੈ ਜੀ, ਕਹਿੰਦੇ ਬ੍ਰਾਜ਼ੀਲ ਦਾ ਇੱਕ ਜਿਹੜਾ ਵਿਅਕਤੀ ਸੀਗਾ ਉਹ ਬਾਹਰ ਨਿਕਲਿਆ ਤੇ ਉਹ ਕਹਿੰਦਾ ਜੀ ਜਿਹੜਾ ਜਰਮਨ ਸ਼ੈਪਰਡ ਉਹਨੇ ਡੌਗ ਰੱਖਿਆ ਹੋਇਆ ਸੀ ਨਾ, ਕਹਿੰਦਾ ਮੈਂ ਪਹਿਲੀ ਵਾਰੀ ਦੇਖਿਆ ਵੀ ਅੱਜ ਉਹ ਭੌਂਕ ਨਹੀਂ ਸੀ ਰਿਹਾ ਬਲਕਿ ਹੱਸ ਰਿਹਾ ਸੀ। ਚੁਟਕਲਾ ਬੜਾ ਫੇਮਸ ਹੈ ਜੀ। ਠੀਕ ਹੈ, ਠੀਕ ਹੈ ਜੀ। ਅੱਜ ਦਾ ਮੈਂ ਜੀ ਕਿ ਡਾਢੀ ਬੁਰੀ ਬ੍ਰਾਜ਼ੀਲ ਦੇ ਨਾਲ ਹੋ ਗਈ, ਰੋਂਡੇ ਸਿਰ ਔਰ ਉਸ ਮੁਲਕ ਦੇ ਲੋਕ ਵੀ ਆ ਜੀ, ਡਾਢੀ ਬੁਰੀ ਬ੍ਰਾਜ਼ੀਲ ਦੇ ਨਾਲ ਹੋ ਗਈ, ਰੋਂਦੇ ਫਿਰ ਉਸ ਮੁਲਕ ਦੇ ਲੋਕ ਮੀਆਂ, ਰਹਿ ਗਈ ਧਰੀ ਤਿਆਰੀ ਜਸ਼ਨ ਵਾਲੀ, ਵਿੱਚ ਮੁਲਕ ਦੇ ਵਰਤ ਗਿਆ ਸ਼ੋਕ ਮੀਆਂ ਜੀ ਜੀ, ਪਿੱਚ ਜਾਣਿਆ ਸੀ ਜਿਹੜੀ ਜਰਮਨੀ ਨੂੰ, ਧੜਾ ਧੜ ਉਹ ਹੋ ਗਈ ਗੋਲ, ਧੜਾ ਧੜ ਉਹ ਗੋਲ ਗਈ ਠੋਕ ਮੀਆਂ,
जख्मी होया खिडारी नेमार की सी बाकी रेंदड़ी टीम रही फोकमिया जी हल्ला रोक नहीं सके सन जर्मनी दा हिम्मत छड़ी सी जिदा खिडारिया ने हल्ला रोक नहीं सके सन जर्मनी दा हिम्मत छड़ी सी जिदा खिडारिया ने शाह मुहम्मदा नाल नेमार नहीं सी फौजा जित के अंत विच हारिया जी 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 बहुत बहुत तुहाडा धन्नवाद करदे आं बलतेज बंदू जी तुसी जुड़े आ ते कल नू एक करी फिर जेड़ा जी प्रोग्राम खबर ते नजर अपने स्रोतों के नाल लैके रूबरू होवांगे उदों तक लई तुहाडा बहुत बहुत धन्नवाद ते सत श्री अकाल धन्नवाद जी सत श्री अकाल सो तो सुन रहे सी प्रोग्राम खबर ते नजर बलतेज बन्नू होणा दे नाल इत्थे ही जेड़ा अज दा प्रोग्राम समाप्त है इस तों अगला प्रोग्राम लैके हाजिर होणगे गुरसिमरन जी अपडेट अमेरिका ते उदों तक लई हुण मैनू राज गणवीर सिंह नू इजाजत दिओ मेरे वल्लों आप जी नू बहुत ही प्यार सत्कार सहित दोनों हाथ जोड़ के निघी जही सत श्री अकाल जीने वास्ते रहो हसते खेलते रहो ते सुनते रहो पंजाबी रेडियो USA